الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين. بسم الله الرحمن الرحيم. جوار خالد حسین بیمار ہے، مولا کو صحت دے دے. بھائی محمود کو کیا دعا ہے؟ محمود ہر دے مولا جی. اچھا اچھا اچھا، ہر مومن مومنات دی ہر نیک دلی حاجت کو مولا قبول فرما. بی بی دی جو نیک دلی حاجت مولا کو قبول فرما. بھائی محمود دی نیک دلی حاجت کو مولا قبول فرما. ہے اجازت میں نوکری پاک شروع کراں؟ قاسم بھائی صرف مسائل کو ٹائم کتنے بجے چھوڑوں بتائیں، حکم کریں، چاہے گھنٹہ پڑھنے میں پڑھنے بتائیں، جتنا ٹائم ہے. اعوذ باللہ من الشیطان اللیم الرجیم. بسم اللہ الرحمن الرحیم. یا علی تو ہے میرا امام، مومن منافق دی پہچان. الحمد للہ رب العالمین والعاقبۃ للمتقین وجنۃ للمؤمنین والنار للکافرین والمنافقین. بسم اللہ الصلاۃ والسلام علی من کان نبیا و آدم بین الماء والتین صلوات. جتنا ذوق کے سماعت ہے اتنی بلند تر صلوات پڑھو. سید سکلائن الشمس المشرقائن والمغربائن نجد الحسن والحسین اب القاسم محمد صلوات. مسائب مسائب بس دے رہو، تسا کوئی دکھ نہ دیکھو. آج اٹھ محرم ہے، ایک دیہاڑ دے مہمان اکبر دے بابا. پہلا لفظی مصائب دا، کیونکہ آج اوکھا مصائب ہے، بہو مہانگا ملا حسین کو اکبر. صدقے صدقے شیڈول ہی چاہیں نے مضمون ہر جہاں تے بندہ پڑھ ہی نہیں سکتا. نانے تے ماں دے ٹر ونجن دے بعد سارا سارا ڈینگ رویا، ساری ساری رات حسین رویا، ملتان والے او گلیاں چ رویا، بازاراں چ رویا، نانے دے روزے تے بہ کے روندا آئی، نانے دے روزے تے روندا بیٹھے، روزے چوا دی حسین اتنا نرو نہ کر، تیرا رون میرے اللہ کوئی ناگوار گزر دے. ہے نا سچی گل ہے، جنہیں دل چ قبرے حسین ہے، سچی گل ہے. میرے اللہ کوئی میں حسین دے رون پسند کو نہیں، قبر ہل گئی ہے، کیڑا ماتمی جڑا ہے نہیں کر سکتا. فرمیندن تو اللہ دے آدھے ہیں، تیری ماں جنت چی بے آرام تھی ویلی. صدقے صدقے صدقے. ادھے نانا تو چاہتا نا جو میں نرو ہاں، میرے نال ایک وعدہ چکر، میں کو اپنی شکلاں اللہ
ਪੁੱਤਰ ਗਿਨਾ ਦੇ, ਮਾਂ ਦੀ ਸ਼ਕਲਾਂ ਵਾਲੀ ਧੀ ਗਿਨਾ ਦੇ, ਮੈਂ ਵੱਧ ਵਾਧਾ ਕਰਨ ਦਾ ਨਰੋਸ ਰੱਜ ਕੇ ਤੁਸਾਂ ਮੁਕਾਣ ਨਿਮਣੀ ਇਨਸਾਫ ਨਾਲ ਦਸਾਏ ਸਾਹਿਬ ਮਾਰਫਤ ਜਿਤਨੇ ਬੈਠੇ ਨੇ। ਰਿਆਕਾਰ ਤੁਹਾਡੇ 'ਚ ਇਹ ਕੋਈ ਕੌਣ ਹੈ? ਕਦੀਮੀ ਆਜ਼ਾਦਾਰ ਜਾਂ ਆਜ਼ਾਦਾਰਾਂ ਦੀ ਔਲਾਦ ਤਸ਼ਰੀਫ ਫਰਮਾਓ। ਦੁਆ ਮੰਗਣ ਵਾਲਾ ਨਬੀਆਂ ਦਾ ਸੁਲਤਾਨ ਹੋਵੇ, ਮੰਗਵਾਉਣ ਵਾਲਾ ਜ਼ਮਾਨੇ ਦਾ ਇਮਾਮ ਹੋਵੇ, ਕਬੂਲ ਕਰਨ ਵਾਲਾ ਰੱਬ ਰਹਿਮਾਨ ਹੋਵੇ। ਦੁਆ ਕਬੂਲ ਥਈ ਹੋ ਸੀ ਜਾਂ ਕੋਈ ਨਹੀਂ? ਬੋਲੋ। 10-11 ਸ਼ਾਬਾਨ ਦੀ ਦਰਮਿਆਨੀ ਰਾਤ ਅੱਲਾ ਨੇ ਹੁਸੈਨ ਕੋ ਉਹ ਪੁੱਤਰ ਅਤਾ ਕੀਤਾ ਜਿਹੜਾ ਹਮ ਸ਼ਕਲ ਪੈਗੰਬਰ ਹੈ, ਕਦਰ ਕਰੇ। ਈ ਪੁੱਤਰ ਦੀ ਆਮਦ 'ਤੇ ਹੁਸੈਨ ਇਤਨਾ ਖੁਸ਼ ਹੈ, ਮੁਲਤਾਨ ਨਾ ਲਿਓ। ਅਗਰ ਕੋਈ ਸਾਡੇ ਤੁਹਾਡੇ ਜੀਆਂ ਫਕੀਰ ਗਈ ਹੈ, ਹੁਸੈਨ ਅਮੀਰ ਬਣਾ ਕੇ ਟੋਰੇ। ਜਿਹੜੇ ਕਦਰ ਕਰ ਸਕਦੇ ਹੋ, ਜਿਹੜੇ ਕਦਰਦਾਨ ਬੈਠੇ ਹੋ। ਕੋਈ ਗੁਲਾਮ ਗਈ ਹੈ, ਅਸ਼ਫਾਕ ਵੀਰਾ ਹੁਸੈਨ ਗੁਲਾਮੀ ਤੋਂ ਆਜ਼ਾਦ ਚ ਕੀਤੇ। ਖੁਸ਼ੀਆਂ ਦੀ ਹੱਦ ਨਾ ਮੁੱਕ ਗਈ। ਸਾਡੇ ਤੁਹਾਡੇ ਜੀਆਂ ਅਗਰ ਕੋਈ ਗੁਨਾਹਗਾਰ ਗਈ ਹੈ, ਹੁਸੈਨ ਜੰਨਤ ਦੀ ਰਸੀਦ ਲਿਖ ਕੇ ਉਹਦੇ ਹੱਥ ਚ ਲਿਖਦੀ। ਸਦਕੇ ਸਦਕੇ ਇਹ ਹੁਣ ਜਿਹੜੀਆਂ ਸਹਿਣ ਕੋ ਮੁਕਾਣ ਨੇ ਆਉਣੀਆਂ, ਇਹਨਾਂ ਦੇ ਹਿੱਸੇ ਦੀ ਅਗਲੀ ਗੱਲ ਹੈ। ਭਿਰਾ ਅਚਾਨਕ ਵਸ ਪਵਨ ਤਾਂ ਬਿਰਾਵਾਂ ਦੇ ਵਸਣ ਦੀ ਢੇਰ ਖੁਸ਼ੀ ਬਹਿਣਾ ਪਵਾਉਂਦੀ ਹੈ। ਪੱਥਰ ਦਿਲ ਦਾ ਮੈਂ ਜ਼ਮੀਨ ਨਹੀਂ। ਹੁਸੈਨ ਭਿਰਾ ਹੁਸੈਨ ਦੀਆਂ ਹੈਨ 12 ਭੈਣਾਂ, 12 ਭੈਣਾਂ। ਉਹ ਜੁਮਲਾ ਸੁਣਾਓ ਜੋ ਮੁਸੱਲੇ 'ਤੇ ਰੋ ਪਵੇ। 6 ਉਹ ਹੈਨ ਜਿਹੜੀਆਂ ਕਰਬਲਾ 'ਚ ਹੁਸੈਨ ਦੇ ਨਾਲ ਆਈਆਂ ਹਨ। ਅਸਾਂ ਜ਼ਾਕਰਾਂ ਕੋਲ 3 ਦਾ ਤਸਕਰਾ ਤੁਸੀਂ ਸੁਣਦੇ ਹੋ, ਅਤੇ 3 ਕਿਨ ਗਈਆਂ? ਜਿਗਰ 'ਤੇ ਹੱਥ ਰੱਖ ਕੇ ਫਕੀਰ ਸੈਦ ਦੇ ਜੁਮਲੇ ਕੋ ਦਿੱਲੀ ਜਾ ਦੇਵੇ। 3 ਭੈਣਾਂ ਹੁਸੈਨ ਦੀ ਸ਼ਹਾਦਤ ਦੇ ਬਾਅਦ ਹਾਏ ਹੁਸੈਨ ਹੁਸੈਨ ਕਰਦੀਆਂ ਮਰ ਗਈਆਂ ਹੈਂ। ਸਦਕੇ ਜਿਹੜੀਆਂ 3 ਬਚ ਗਈਆਂ ਬਗੈਰ ਚਾਦਰ ਦੇ, ਕਹਿ ਵੇਲੇ ਕਹਿ ਬਾਜ਼ਾਰ। ਸਦਕੇ ਸਦਕੇ ਮੌਲਾ ਤੇਰਾ ਮਾਤਮ ਜਵਾਨੀਆਂ ਮਾਣੇ, ਜਵਾਨੀਆਂ ਮਾਣੇ। ਮਾਂ ਪਿਓ ਨੌਕਰਾਂ ਵੇਲੇ ਨੌਕਰਾਂ ਵੇਲੇ ਨੌਕਰਾਂ ਤੋੜ ਤੱਕ ਹੱਥ ਨਜ਼ਰ ਆ ਗਏ, ਕਹਿ ਵੇਲੇ ਕਹਿ ਦਰ। ਇਹ 11 ਇਕੱਠੀਆਂ ਥੀ ਕੇ ਇੱਕ ਕੋਲ ਆਈਆਂ, ਇੱਕ ਕੋਲ। ਮੈਂ ਚਾਹਵਾਂ ਨਾ ਈ ਮਜ਼ਮੂਨ ਕੋ ਮੈਂ 4 ਦਿਹਾੜੀ ਪੜ੍ਹ ਸਕਦਾ, ਲੇਕਿਨ ਟਾਈਮ ਤੁਹਾਡੇ ਸਾਹਮਣੇ। 11 ਇਕੱਠੀਆਂ ਥੀ ਕੇ ਇੱਕ ਕੋਲ ਆਈਆਂ, ਕਹਿੰਦੇ ਕੋਲ ਹੁਸੈਨ ਦੀ ਮੁਸ਼ੀਰ ਖਾਸ ਅੱਧ ਦੀ ਭਈਵਾਲ ਮੁਆਵਜ਼ਾ ਇਮਾਮਤ ਛਰੀ ਕਤਲ ਹੁਸੈਨ ਆਦੀਆਂ ਭੈਣ ਅਸਾਂ ਡੇਦੀਆਂ ਆਸੇ ਜੋ ਹੁਸੈਨ ਬਿਰਾ ਸਾਰਾ ਸਾਰਾ ਡੀਂਹ ਰੋਂਦਾ ਹਾਈ, ਸਾਰੀ ਰਾਤ ਰੋਂਦਾ ਹਾਈ। ਸਾਕੂ ਦਈਆਂ ਆ ਕੇ ਦੱਸੇ ਅਕਬਰ ਦੀ ਆਮਦ 'ਤੇ ਅੱਜ ਹੁਸੈਨ ਚੁੱਪੇ। ਮੰਗਦੀਆਂ ਕੁਝ ਨੇ ਸਾਕੂ ਦੱਸ ਸਾਡੇ ਡੇ, ਅਸਾਂ ਦੇਖਣਾ ਚਾਹੁੰਦੀਆਂ ਜੋ ਅਕਬਰ ਦੇ ਆਵਣ 'ਤੇ ਸਾਡਾ ਵੀਰ ਕਿਤਨਾ ਖੁਸ਼ ਹੈ। ਮੇਰੀ ਸੈਣ ਦਾਈ ਕੋ ਹੁਕਮ ਦਿੱਤਾ, ਦਾਈ ਲੱਗੀ ਵਾਂ ਹੁਸੈਨ ਕੋ ਆਖ ਬਹਿਣ ਯਾਦ ਕੀਤੇ। ਦਈ ਦਰਵਾਜ਼ੇ 'ਤੇ ਆ ਕੇ ਅਕਲ ਮਾਰੀ, ਮੇਰਾ ਸਰਦਾਰ ਹੁਸੈਨ। ਇਹ ਜੁਮਲਾ ਯਾ ਜ਼ਾਕਿਰ ਸਮਝਣ ਯਾ ਜ਼ਾਕਰੀ ਕੋ ਅਦਬ ਸਿਖਾਉਣ ਵਾਲੀ ਕੌਮ ਸਮਝੇ ਸੀ। ਮੇਰਾ ਸਰਦਾਰ ਹੁਸੈਨ, ਹੁਸੈਨ ਜਵਾਬਨ ਅਰਜ਼ ਫਰਮਾਏ ਜੀ ਅੰਮਾ ਅਦ ਹੈ ਮੈਂ ਤੇਰੀ ਮਾਂ। ਨਹੀਂ ਨਹੀਂ ਹੁਸੈਨ ਭੁੱਲਦਾ ਪੀ, ਤੂੰ ਬਤੂਲ ਦਾ ਪੁੱਤਰ ਹੈ, ਤੂੰ ਅਲੀ ਦਾ ਪੁੱਤਰ ਹੈ, ਤੂੰ ਮਾਸੂਮ ਇਬਨ ਮਾਸੂਮ ਹੈ। ਮੈਂ ਦਈਆਂ ਤੁਹਾਡੀ ਬਾਨੀਆਂ ਕਨੀਜ਼ਾਂ, ਮੇਰੇ ਕੋਲ ਗਲਤੀ ਥੀ ਸੰਗਦੀ ਏ। ਹੁਸੈਨ ਆਦੇ ਅੰਮਾ ਮੇਰੇ ਦੇਖ, ਅੱਜ ਤੂੰ ਗਿਣ ਕੇ ਕਿਆਮਤ ਤੱਕ ਕਹਿ ਕੋਲ ਭੁੱਲ ਕੇ ਗਲਤੀ ਕਰਨ ਦੀ ਗੁੰਜਾਇਸ਼ ਹੋਵੇ, ਹੁਸੈਨ ਨੂੰ ਕੋ ਮਾਰ ਨਹੀਂ ਛੱਡ ਸਕਦਾ। ਸ਼ਾਬਾ 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 ਸ਼ਾ ਇਹ ਹੈ ਰੂਹਾਨੀਅਤ। ਦੱਸ ਮੈਂ ਕਿਆ ਮੰਗਣਾ ਚਾਹੁੰਦੀ ਬੀਬੀ ਆਦੀ, ਮੈਂ ਕੋਈ ਕਿਹੜੀ ਲੋੜ ਹੈ ਮੰਗਣ ਦੀ? ਮੈਂ ਇਤਨੀ ਖੁਸ਼ ਨਸੀਬ ਹਾਂ, ਨੌਜਵਾਨਾਂ ਨੇ ਜੰਨਤ ਦੇ ਸਰਦਾਰ ਮੈਂ ਕੋ ਮਾਸ ਛੱਡਦੇ ਨੇ, ਬਹਿਣਾ ਯਾਦ ਕੀਤਾ ਜੀ ਅੰਮਾ ਵੰਜ ਮੈਂ ਆਉਂਦਾ ਪੀਆਂ। ਦਾਈ ਕੁਰਸੀਆਂ ਲਈਆਂ 2 ਕੁਰਸੀਆਂ,
ਔਖੀ ਗੱਲ ਹੈ, ਹੱਕ ਤਾਂ ਬਣਦਾ ਹੀ। 12 ਭੈਣਾਂ ਹੈ, ਇੱਕ ਆ ਪਈ, 13 ਕੁਰਸੀਆਂ ਲਾਵੇ ਆ ਈ ਭਾਈ ਤੂੰ ਗਿਣ ਕੇ ਤੇ ਓ ਆਖਰੀ ਭਾਈ ਤੱਕ ਤਹੱਦ ਨਿਗਾਹ ਮਜਮੈਂ 13 ਨਹੀਂ 2 ਕੁਰਸੀਆਂ ਲਾਈਆਂ ਆ ਮੇਰੇ ਸਰ ਤੇ ਕੁਰਾਨ ਰੱਖ। ਬਾਬੇ ਹੋਣਾ ਰੋ ਕੇ ਫਰਮਾਉਂਦੇ ਰਹਿੰਦੀਆਂ ਸ਼ੀਓ ਮਾਂ ਤੇ ਬਾਬੇ ਦੇ ਟੁਰ ਵੰਜਣ ਦੇ ਬਾਅਦ ਹੁਸੈਨ ਦੇ ਬਰਾਬਰ ਅਗਰ ਕੋਈ ਕੁਰਸੀ ਤੇ ਬਹਿ ਸਕਦਾ ਹੈ ਯਾ ਹਸਨ ਅਮੀਰ ਯਾਦ ਦੀ ਭਾਈਵਾਲ ਹਮਸ਼ੀ ਸਦਕੇ ਸਦਕੇ ਸਦਕੇ। ਸਾਰੀਆਂ ਭੈਣਾਂ ਆਉਂਦੀਆਂ ਰਹੀਆਂ, ਮੈਂ ਇਹਨਾਂ ਗੱਲਾਂ 'ਤੇ ਖੜਾ ਰਹਾਂ ਨਾ ਤਾਂ ਨਹੀਂ ਲੈ ਗਏ ਸੀ। ਸਾਰੀਆਂ ਆਉਂਦੀਆਂ ਰਹੀਆਂ, ਅਕਬਰ ਦੀ ਆਮਦ ਦੀਆਂ ਮੁਬਾਰਕਾਂ ਦਿੰਦੀਆਂ ਰਹੀਆਂ। ਹਰ ਆਉਣ ਵੰਜਣ ਵਾਲੀ ਭੈਣ ਕੋਲ ਗਰੀਬ ਇੱਕ ਗੱਲ ਪੁੱਛਦਾ, ਤੁਸਾਂ ਆਈ ਹੋ, ਮੇਰੇ ਵੰਡੇ ਦੀ ਭੈਣ ਨਹੀਂ ਆਈ। ਸਾਰੀਆਂ ਇੱਕੋ ਜਵਾਬ ਨੇ ਮੈਨਾਂ, ਸਾਰਾ ਤੂੰ ਢੇਰ ਖੁਸ਼ਬੂ ਵਧੀ ਗਈ, ਅੱਲਾ ਜਾਣੇ ਕੀ ਮਜਬੂਰੀ ਬਣ ਗਈ ਇਸ। ਸਾਰੀਆਂ ਮਿਲ ਕੇ ਟੁਰ ਪਈਆਂ, ਆਖਿਰ ਤੇ ਦਈ ਆ ਕੇ ਇਤਲਾਹ ਦਿੱਤੀ, ਹੁਸੈਨ ਤੈਂ ਕੁਝ ਦਾ ਇੰਤਜ਼ਾਰ ਹੀ, ਉਹ ਆਉਂਦੀ ਪਈ ਹੈ। ਕਦਰ ਕਰੇ ਜਿਹੜੇ ਕਦਰਦਾਨ ਬੈਠੇ, ਹੁਸੈਨ ਕੁਰਸੀ ਤੂੰ ਉੱਠੇ। ਈ ਭੈਣ ਦਾ ਇਸਤਕਬਾਲ ਹੁਸੈਨ ਇਵੇਂ ਕਰਦਾ ਜਿਵੇਂ ਇਹਦਾ ਨਾਨਾ ਇਹਦੀ ਮਾਂ ਦਾ ਕਰਦਾ। ਇਹ ਹੁਣ ਸੋਹਣੀ ਹੈ ਕੀਤੀ ਵੀ ਜਿਹੜਾ ਤੇਰਾ ਮਿਆਰਾ ਸਮਾਂ ਮੌਲਾ ਤੇਰਾ ਮਾਤਮ ਕਬੂਲ ਕਰੇ, ਸਿਵਾਏ ਗਮੇ ਸ਼ਬੀਰ ਦੇ ਦੁਨੀਆਂ ਦੇ ਕਹੇ ਗਮੇ ਛਾਏ ਨਾ ਕਰੇ। ਦੋਵੇਂ ਭੈਣ ਬਿਰਾ ਕੁਰਸੀਆਂ ਤੇ ਬੈਠੇ ਨੇ, ਮੇਰੀ ਸਹਿਣ ਆ ਕੇ ਬੈਠੀਏ। ਹੁਸੈਨ ਗੱਲ ਸ਼ੁਰੂ ਕੀਤੀ, ਭੈਣ ਹੱਕ ਬਣਦਾ ਆਈ, ਮੈਂ ਤੇਰਾ ਹਮ ਹਿੱਸੇ ਦਾ ਬਿਰਾ ਤੇ ਤੂੰ ਡੇਦੀਆਂ ਮੈਂ ਸਾਰਾ ਸਾਰਾ ਡੀ ਰੋਂਦਾ। ਅੱਜ ਤੇਰੇ ਭਤੀਜੇ ਦੀ ਆਮਦ ਤੇ ਮੇਰਾ ਰੋਣ ਬੰਦ ਤੇ ਹੱਕ ਬਣਦਾ ਆਈ, ਸਾਰਾ ਤੂੰ ਪਹਿਲੇ ਤੂੰ ਆਵੇਂ ਹਾ, ਹੱਥ ਖੁੱਲ੍ਹੇ ਰੱਖਿਆ ਗੱਲ ਆ ਗਈ ਹੈ ਮਤਮ ਵਾਲੀ। ਅੱਜ ਤੂੰ ਦੇਰ ਨਾ ਲਾਈ, ਅੱਜ ਤੈਂ ਮੈਂ ਹੁਸੈਨ ਕੋਲ ਇੰਤਜ਼ਾਰ ਕਰਾਈਏ। ਅਲੀ ਦੀ ਧੀ ਤੇਰੇ ਹੌਸਲੇ ਜੁਰਤ ਤੂੰ ਕੈਨਾਤ ਕੁਰਬਾਨ ਕਰ ਦੇਵਾਂ। ਬਿਰਾ ਦੀ ਅੱਖ ਚੱਕ ਪਾ ਕੇ ਦੇ, ਹੁਸੈਨ ਕਿਹੜੀ ਗੱਲ ਕੀਤੀ, ਇੰਤਜ਼ਾਰ ਕਰਈ ਨਿਮੀ ਇੰਤਜ਼ਾਰ ਕੀਤੀ। ਹੁਸੈਨ ਅਦੇ ਉਹਦੀ ਕੋਈ ਵਜ੍ਹਾ ਬੀਬੀ ਆਦੀ ਡੂ ਵਜੂਹਾਤ ਜਿਹੜੇ ਲਫਜ਼ਾਂ ਦੇ ਖਰੀਦਾਰ ਬੈਠੇ। ਪਹਿਲੀ ਵਜ੍ਹਾ ਤੇਰੇ ਕੋਲ ਹੈ ਮੁਬਾਰਕ ਦੇਵਣ ਵਾਲਾਂ ਦਾ ਰਸ਼। ਹੁਸੈਨ ਤੂੰ ਜਾਣਦਾ ਮੈਂ ਰਸ਼ ਦੀ ਹਿੱਲ ਕੁਨਾ। ਕਿਆ ਬਾਤ ਹੈ, ਹੁਣ ਰਲਾਂ ਜਿਹੜਾ ਤੇਰਾ ਮੈਂ ਰਸ ਮਡਾਲਾ ਹੀ ਨਾ ਆਵਾਜ਼ਾਂ ਤੇਰਾ ਮਤ ਨਾਜ਼ਲ ਫਰਮਾ। ਇਹ ਹਾਦਸਾ ਲਾ ਸ਼ਬੀਰ ਦੀ ਜ਼ਰੀ ਨਾਲ ਮਸਤੀ ਮੈਂ ਜਿਹੜੇ ਬੇਸਖਤ ਸੀ ਮੇਰੇ ਸਦਕੇ ਤੁਸਾਂ ਆਮਦ ਤੇ ਤਨਾ ਰੋ ਪਏ। ਅਗਲੀਆਂ ਗੱਲਾਂ ਕੌਣ ਬਰਦਾਸ਼ਤ ਕਰੇ ਸੀ ਤੇ ਕੇਰ ਹਮੂਮਨ ਕਰੇ ਸੀ। ਦੂਜੀ ਵਜ੍ਹਾ, ਹੁਸੈਨ ਮੈਂ ਆਵਾਂ ਹਾਂ ਨਾ, ਮੈਂ ਤੇਰੇ ਬਰਾਬਰ ਬਾਹਣ ਆਈ ਕੁਰਸੀ ਤੇ, ਤੈਂ ਦੇਖਣ ਆਈ ਮੈਡੋ, ਮੈਂ ਦੇਖਣ ਆਈ ਤੈਡੋ। ਮੇਰੀਆਂ 11 ਭੈਣਾਂ ਚੋਂ ਅਗਰ ਕੋਈ ਇੱਕ ਭੈਣੀ ਮੈਂ ਖਾਲੀ ਵੱਲ ਵੈਂਦੀ ਟੁਰਦੇ ਲੈ ਮਤ ਕੋਈ ਠੱਡਾ ਸਾਹ ਭਰ ਕੇ ਆਖਿਆ, ਏਡਾ ਖੁਸ਼ ਬੈਠੇ ਅਕਬਰ ਦੀ ਆਮਦ ਤੇ ਸਾਡੇ ਡਿੱਠੇ ਹੀ ਨਹੀਂ ਸੀ। ਹੁਣ ਮੈਂ ਜਾਣਦੀ ਹਾਂ ਸਾਰੀਆਂ ਗਈਆਂ, ਹੁਣ ਕਹਿਣੀਆਂ ਹੁਣ ਇਸੇ ਵਾਸਤੇ ਮੈਂ ਆਈ ਹਾਂ। ਬੱਚੜੇ ਦੀ ਮੁਬਾਰਕ ਹੋਵੀ ਹੁਸੈਨ ਅਦੇ, ਅੱਜ ਕੁਝ ਮੰਗ ਬੀਬੀ ਆਦੀ, ਇਹੋ ਕੁਝ ਮੰਗਦੀਆਂ, ਜਿਤਨੀ ਦੇਰ ਮੈਂ ਅੱਜ ਤੇਰੇ ਸਾਹਮਣੇ ਬਾਹਾਂ, ਤੂੰ ਮੈਡੋ ਦੇਖ ਮੈਂ ਤੇਡੋ ਦੇਖਾਂ। ਸਈਆ ਦਾਦੇ ਭੈਣ, ਅਗਰ ਮੈਂ ਤੇਡੋ ਦੇਦਾ ਰਹਾਂ, ਤੂੰ ਮੈਡੋ ਦੇਦੀ ਰਾਵੇਂ ਰਾਜ ਵੈਸੇ। ਬੀਬੀ ਆਦੀ, ਹੁਣ ਤੂੰ ਗਿਣ ਕੇ ਕਿਆਮਤ ਤੱਕ ਮੈਂ ਤੇਡੋ ਦੇਦੀ ਰਾਵਾਂ, ਨਾ ਮੈਂ ਰੱਜਦੀ ਹਾਂ ਨਾ ਮੈਂ ਥੱਕਦੀ ਹਾਂ। ਪੱਥਰ ਦਿਲ ਦਾ ਮੈਂ ਜਾਮਨੀ, ਜਿਹੜੀ ਭੈਣ ਬਿਰਾ ਦੇ ਚਿਹਰੇ ਦੀ ਇਤਨੀ ਆਸ਼ਿਕ ਆਈ, ਇਹੋ ਹੱਕ ਬਣਦਾ ਇਵੇਂ ਚੁੱਪ ਕਰਕੇ ਟੁਰ ਪਈ ਜਿਵੇਂ ਲੱਗਦਾ ਹੀ ਕੁਝ ਨਾ ਹੋਵੇ। ਸਦਕੇ 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 ਜਿਹੜੇ ਮੁਕਾਣੀ ਬਣ ਕੇ ਆਏ ਬੈਠੇ ਜੀ, ਨੌਕਰ ਅਮਾ ਨੌਕਰ ਇਵੇਂ ਹੱਕ ਬਣਦਾ, ਇਵੇਂ ਬੇਕਫਨ ਛੋੜ ਕੇ ਟੁਰ ਪਈ ਜਿਵੇਂ ਲੱਗਦਾ ਹੀ ਨੌਕਰਾਂ ਦਾ। ਉਹ ਬੜੇ ਹੌਸਲੇ ਨਾਲ ਬੜੇ ਹੌਸਲੇ ਨਾਲ ਹਾਂ ਫਰਮਿੰਦਰ ਬਹਿਣ, ਮੈਂ ਤਾਂ ਕੋਈ ਦੱਸਾਂ ਈ ਬੱਚੜੇ ਦੀਆਂ ਮਤ ਤੇ ਇਤਨਾ ਖੁਸ਼ ਹਾਂ, ਮੈਂ ਅੱਜ ਕਹਿ ਸਵਾਲੀ ਕੋ ਮੰਗਣ ਨਹੀਂ ਦਿੱਤਾ, ਕਹਿ ਮੰਗਣ ਨਹੀਂ ਮੈਂ ਹੁਸੈਨ ਪਹਿਲੇ ਅਤਾ ਕੀਤੇ ਤੇ ਮੈਂ ਤੇਰੀ ਮਿੰਨਤ ਪਿਆ ਕਰਾਂਗਾ। ਮੇਰੇ ਕੋਲ ਅੱਜ ਜੋ ਮੰਗਣਾ ਚਾਹੁੰਦੀ ਮੰਗ, ਮੈਂ ਸ਼ੀਆ ਨਾ ਸਮਝੇ ਸੋ ਬੰਦੇ ਕੋ ਬੈਠੇ ਹੋ ਜਾਂ ਪਿੱਛਾ ਖੜੇ ਹੋ
ਜਿਹੜਾ ਬੰਦਾ ਜ਼ਬਾਨ ਹੀ ਰੱਖਦਾ ਹੋਏ ਤਾਂ ਹੈ ਨਾ ਕਰ ਸੰਗਾ। ਜਿਹੜਾ ਹੁਸੈਨ ਬਾਰ ਬਾਰ ਮਿੰਨਤ ਕੀਤੀ ਹੈ ਕੁਝ ਮੰਗ, ਬਿਰਾ ਦੀ ਆਖੀ ਚੱਕ ਪਾ ਕੇ ਦੀ ਹੁਸੈਨ ਤੂੰ ਮੇਰੀ ਆਖੀ ਚੱਕੀ ਪਾ ਕੇ ਦੱਸ ਮੈਡਾ ਤੇ ਮੰਗਣ ਕੋਈ ਜੋੜ ਹੈ। ਓਏ ਜਿਹੜੀ ਹੁਸੈਨ ਜੇ ਬਿਰਾ ਕੋਲ ਕੁਝ ਨਹੀਂ ਮੰਗ ਸਕਦੀ, ਬਿਰਾ ਦੇ ਕਾਤਲ ਕੋਲ ਚਾਦਰ ਕਿਵੇਂ ਮੰਗੀ ਹੋ ਸਕਦੀ? ਆ ਮੇਰੀ ਸ਼ਾਮ ਦੀ ਥੱਕੀ ਹੋਈ ਨਾ ਮੁਕਾਣੀਆਂ ਦੀ ਜਾ ਮਿਹਰਬਾਨ ਇਹ ਹੱਥ ਸਾਲਾ ਕਬਰੇ ਹੁਸੈਨ ਨਾਲ ਮਸਵਾਂ ਥੀ ਮੈਂ ਜਿਹੜੇ ਬੇ ਸਾਫ ਸੀ ਨੌਕਰਾਂ। ਬੜੇ ਹੌਸਲੇ ਨਾਲ, ਬੜੇ ਹੌਸਲੇ ਨਾਲ, ਬੜੇ ਹੌਸਲੇ ਨਾਲ, ਬੜੇ ਠੀਕ ਠੀਕ ਕੇ ਜ਼ਿੰਦਗੀ ਦਾ ਕੋਈ ਪਤਾ ਨਹੀਂ। ਪਾਣੀ ਰੱਖਿਆ ਬਈ ਪਾਣੀ ਹਾਂ ਫਰਮੈਂਦੇ ਨਹੀਂ, ਅਗਰ ਇਵੇਂ ਨਹੀਂ ਮੰਗਦੀ ਨਾ ਮਾਂ ਇਮਾਮ ਹੋ ਕੇ ਹੁਕਮ ਪਿਆ ਦਿੰਦਾ। ਇਮਾਮ ਹੋ ਕੇ ਲਫਜ਼ ਇਮਾਮਤ ਹੈ, ਬੀਬੀ ਆਦਿ ਇਮਾਮਤ ਦੇ ਹੁਕਮ ਨਾਲ ਅਗਰ ਮੰਗਵੇ ਔਖਾ ਜੁਮਲਾ ਕਦਰ ਕਰੇ ਅੱਜ ਮੰਗਦੀ ਹਾਂ ਉਵੇਂ ਮੰਗ ਸਾਂ ਜਿਵੇਂ ਖਾਲਿਕ ਖਲੀਲ ਤੂੰ ਕੁਰਬਾਨੀ ਮੰਗੀ ਆਈ। ਹੁਣ ਮੈਂ ਕੋ ਨਹੀਂ ਪਤਾ ਈ ਭਰੇ ਮਜਮੇ ਚ ਕਿਹੜਾ ਆਜ਼ਾਦਾਰ ਹੈ ਜੇ ਕੋ ਨਹੀਂ ਪਤਾ ਜੋ ਖਾਲਿਕ ਖਲੀਲ ਤੂੰ ਕਿਹੜੀ ਸ਼ੈ ਪੁੱਤਰ ਦੀ ਮੇਰਾ ਹਬੀਬ ਜਿਹੜੀ ਸ਼ੈ ਪਿਆਰੀ ਆਈ ਮੇਰੀ ਰਾਹ ਚ ਕੁਰਬਾਨ ਹਾਲੇ ਮੇਰੀ ਸਹਿਣ ਮੰਗਾ ਨਹੀਂ ਅਗਰ ਮੇਰੇ ਵਾਸੀ ਚ ਹੋਵੇ ਨਾ ਹੱਥ ਖੁੱਲ੍ਹੇ ਰੱਖੇ ਗੱਲ ਆ ਗਈ ਹੈ ਮਾਤਮ ਅਲੀ ਅਕਬਰ ਦੀ ਮਾਂ ਤੇਰੇ ਹੌਸਲੇ ਤੂੰ ਕਾਇਨਾਤ ਕੁਰਬਾਨ ਕਰ ਦੇਵਾਂ ਨਾ ਮੇਰੀ ਸਹਿਣ ਮੂੰਹ ਨਾਲ ਅਕਬਰ ਮੰਗੇ ਨਾ ਡਿੱਠੇ ਉਬਾਲੇ ਕਦਮ ਚਾ ਕੇ ਅਕਬਰ ਦੀ ਮਾਂ ਅਕਬਰ ਕੋ ਹੁਸੈਨ ਦੇ ਹੱਥਾਂ ਤੇ ਰੱਖਿਆ ਦੀ ਡੇ ਚਾ ਖਾਲੀ ਨਵਲਾ ਖਾਲੀ ਵਲੀ ਮਾਂ ਦੀਦੀ ਆਦੀ ਹੁਸੈਨ ਸੋਚ ਨਹੀਂ ਕੋ ਖਾਲੀ ਨਵਲਾ ਇਹਦੀ ਮਾਂ ਕੋ ਮੁਸਲਮਾਨ ਸਦਕੇ 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 ਜਿਹੜੇ ਮਾਤਮ ਕਰ ਜਾਣ ਜਿਹਨਾਂ ਦੇ ਹੱਥ ਸਲਾਮਤ ਇਹਨੂੰ ਹੋਇਆ ਸੀਨੇ ਤੇ ਸੋਚ ਨਹੀਂ ਖਾਲੀ ਨਵਲਾ ਖਾਲੀ ਵਾਲੀ ਨਾ ਭੈਣ ਨਾ ਅਕਬਰ ਦੀ ਮਾਂ ਇਵੇਂ ਨਹੀਂ ਅੱਜ ਮੈਂ ਚਾਹੁੰਦਾ ਭੈਣ ਮੇਰੇ ਕੋਲ ਕੁਝ ਮੰਗੇ ਆਪਣੇ ਮੂੰਹ ਨਾਲ ਮੰਗੇ ਬੀਬੀ ਆਦੀ ਅਗਰ ਮੂੰਹ ਨਾਲ ਮੰਗਵੈਨੇ ਮੰਗਦੀ ਹਾਂ ਉਹ ਆਸ਼ਾ ਦੇ ਜਿਹੜੀ ਤੈਨੂੰ ਅੱਲਾ ਦੀ ਕਾਇਨਾਤ ਚ ਪਿਆਰੀ ਹੈ। ਮੇਰੀ ਸੈਣੀ ਮੈਂ ਅਕਬਰ ਤੋਂ ਡਿੱਠੇ ਅਕਬਰ ਦੀ ਮਾਂ ਇਵੇਂ ਉਬਾਲੇ ਕਦਮ ਚਾ ਕੇ ਆਦੀ ਹਾਂ ਘਿਨ ਬੀਬੀ ਆਦੀ ਨਾ ਭਰ ਜਾਈ ਇਵੇਂ ਨਹੀਂ ਤਾਂ ਇੱਕ ਰੱਜ ਕੇ ਦੇ ਗਿੱਦੈ ਮੇਰੇ ਭਰਾ ਹੁਸੈਨ ਕੋ ਦੇ ਉਹ ਇੱਕ ਰੱਜ ਕੇ ਦੇ ਗਿਨੇ ਵੱਤ ਮੇਰੀ ਮਰਜ਼ੀ ਹੈ ਕਹਿ ਕੋ ਦੇਖਣ ਦੇਵਾਂ ਇਹ ਗੱਲ ਮੇਰੀ ਸੈਣ ਭਰਜਾਈ ਦਾ ਹੌਸਲਾ ਦੇਖਣ ਕਿਤੇ ਕੀਤੀ ਹੈ ਹੌਸਲਾ ਦੇਖਣ ਕੀਤੇ ਬਿਰਾ ਕਿਤੇ ਨਿਸ ਕੀਤੀ ਸੁਣਵਾਈ ਬਿਰਾ ਕੋਈ ਸੀ ਅਕਬਰ ਦੀ ਮਾਂ ਤੇਰਾ ਹੌਸਲੇ ਤੂੰ ਕਾਇਨਾਤ ਕੁਰਬਾਨ ਕਰ ਦੇ ਇਵੇਂ ਅਕਬਰ ਕੋ ਅੱਗਾਂ ਕਰਕੇ ਆਦੀ ਇਮਤਿਹਾਨ ਨਗੀਨ ਬਹਿਣ ਗਿਨ ਚਾ ਮੱਤਾ ਤੇਰੇ ਸਦਕੇ ਇਹਦੀ ਜ਼ਿੰਦਗੀ ਵੱਧ ਪਾਉਂਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਗਿਣ ਚਾ ਮਤਾ ਤੇਰੇ ਸਦਕੇ ਇਹਦੀ ਜ਼ਿੰਦਗੀ ਵੱਧ ਪਾਉਂਦੀ ਹੋਵੇ ਇਵੇਂ ਜਿਹੜਾ ਡੇਵਣ ਲੱਗੀ ਹੈ ਨਾ ਮੇਰੀ ਸੈਣ ਬਿਲਾ ਤਸਵੀਰ ਮੈਂ ਦੇਖੀ ਬੀਬੀ ਆਦੀ ਹੈ ਅਲੀ ਦੀਦੀ ਹੈ ਸਖੀ ਦੀਦੀ ਹੈ ਇੱਕ ਗਿਣਵਾਨ ਮੈਂ ਵਾਧਾ ਪਈ ਕਰਦੀ ਹਾਂ ਮੈਂ ਸਾਰੀ ਜ਼ਿੰਦਗੀ ਇਹਦੇ ਚਿਹਰੇ ਤੋਂ ਨਾ ਦੇਖ ਸਾਂ ਇਹਦੀ ਕੰਢ ਦੇਖ ਸਾਂ ਇੱਕ ਚੁੰਮ ਸਹੀ ਨਹੀਂ ਤੂੰ ਸਖੀ ਦੀਦੀ ਹੈ ਇੱਕ ਵਾਧਾ ਮੇਰੇ ਨਾਲ ਕਰ ਮਾਤਮੀ ਹੱਥ ਖੁੱਲ੍ਹਾ ਰੱਖੇ ਹੁਣ ਤੱਕ ਜਿਵੇਂ ਸੁਣਾ ਵੇ ਮੈਂ ਕੁਝ ਨਹੀਂ ਆਖਾਂ ਹਾਂ ਡੁਕਸੀ ਜੋ ਕਹਿ ਆਜ਼ਾਦਾਰ ਕਦਰ ਨਾ ਕੀਤੀ ਇੱਕਾ ਵਾਧਾ ਕਰ ਸਖੀ ਦੀਦੀ ਹੈ ਜਿਹੜਾ ਇੱਕ ਸਹਿਰੇ ਪਾਵੇ ਮੈਂ ਕੋਈ ਇੱਕ ਦਫ਼ਾ ਚੁੰਮਣ ਦੇਵੇ ਤੁਹਾਡਾ ਪੱਥਰ ਦਾ ਦਿਲ ਨਹੀਂ ਮੇਰੀ ਸੈਣ ਤੜਪਣ ਲੱਗ ਗਈ ਹੈ ਬੀਬੀ ਆਦੀ ਭਰ ਜਾਈ ਇਮਤਿਹਾਨ ਨਗੀਨ ਅਗਰ ਮੈਂ ਕੋ ਕਹਿ ਚੁੰਮਣ ਦਿੱਤਾ ਤਾਂ ਤੂੰ ਹੀ ਚੁੰਮ ਗਿਨੇ ਅਗਰ ਮੈਂ ਚੁੱਪ ਕਰਕੇ ਤੁਰ ਪਿਆ ਤਾਂ ਤੂੰ ਹੀ ਚੁੱਪ ਕਰਕੇ ਸ਼ਾਮ ਦੇ ਤੁਰ ਪਾ ਸਦਕੇ 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 ਕਿਹੜੇ ਪਾਸੇ ਦੇਖਾ ਸਾਰਿਆਂ ਦਾ ਜੋ ਸਾਂਝਾ ਨੁਕਸਾਨ ਕਿਆ ਬਾਤ ਯਾਰ ਤੁਹਾਡੀ ਮੁਹੱਬਤ ਦੀ ਹੌਸਲੇ ਨਾਲ ਬੜੇ ਹੌਸਲੇ ਜਵਾਨੀਆਂ ਮਾਣੇ ਜਵਾਨੀਆਂ ਨਸੀਬ ਹੋਣ ਮੌਲਾ ਤੇਰਾ ਮਾਤਮ ਕਬੂਲ ਕਰੇ ਅਗਰ ਮੈਂ ਕੋ ਕਹਿ ਚੁੰਮਣ ਦਿੱਤਾ ਤੂੰ ਹੀ ਚੁੰਮ ਗਿਨੇ ਅਗਰ ਮੈਂ ਚੁੱਪ ਕਰਕੇ ਤੁਰ ਪਿਓ ਹਾਏ ਹਾਏ ਤਾਂ ਤੂੰ ਹੀ ਤੁਰ ਪਿਓ ਅਕਬਰ ਕੋ ਚਾਹ ਕੇ ਤੁਰ ਪਈ ਪਹਿਲਾ ਕਦਮ ਇਹ ਮੇਰੇ ਦਾਦਾ ਮਰਹੂਮ ਦੇ ਫਿਕਰੇ ਨੇ ਪਹਿਲਾ ਕਦਮ ਇਵੇਂ ਮੇਰੀ ਸੈਣ ਬਾਹਰ ਰੱਖੇ ਭਰ ਜਾਈ ਖਿਲਾਫੇ ਤਵੱਕੋ
ਹੌਸਲੇ ਨਾਲ ਖੜੀ ਰਹੀ ਸੀ। ਹੁਸੈਨ ਦੇ ਸਬਰ ਦਾ ਬੰਨ ਟੁੱਟੇ, ਠੱਡਾ ਸਾਹ ਭਰ ਕੇ ਹੁਸੈਨ ਕੋ ਵੇਲਾ ਯਾਦ ਹੈ, ਰੋਣ ਲੱਗ ਪਈ। ਪਿੱਛਾ ਤੇ ਵੱਲ ਯਾਦ ਹੈ, ਜਿਤਨਾ ਪਿਆਰਾ ਹੋਵੇ ਅਕਬਰ ਤੇਰੇ ਤੂੰ ਢੇਰ ਪਿਆਰਾ ਨਹੀਂ। ਅਗਰ ਨਿਵੇ ਨਿਵਦੀ ਓਲਾ ਕੇ ਜਿਹੜੇ ਮਾਤਮੀ ਬੈਠੇ ਹੋ, ਸਈਆ ਦਾਦੇ ਇਹਦੇ ਵਿੱਚ ਛੋੜੇ ਗੁਨਾ ਰੋਂਦਾ ਹੀ ਵਕਤ ਵੀ ਰੋਂਦਾ ਹੈ। ਬੀਬੀਆਂ ਦੀ ਕਿਹੜਾ ਸਈਆ ਦਾਦੇ ਅੱਜ ਦੇ ਬੈਠਾ ਕੱਲ ਮੰਗਸਾ ਕਿਵੇਂ, ਬੀਬੀਆਂ ਦੀ ਨਰੂਆ ਤੂੰ ਹੀ ਮੰਗਸੇ ਮੈਂ ਨਸਲ ਕੁਰਬਾਨ ਕਰ। ਜਿਹੜੇ ਮਾਤਮ ਕਰ ਸਕਦੇ ਹੋ ਤੁਹਾਡੇ ਹੱਥ ਸੀਨੇ ਤੇ ਆ ਸੋ, ਨਰੂਆ ਤੂੰ ਹੀ ਮੰਗਸੇ ਮੈਂ ਜੋੜੀ ਕੁਰਬਾਨ ਚੱਕਰੇ ਸੀ। ਚਾਹ ਕੇ ਟੁਰ ਪਈ, ਬਸ ਖਤਮ, ਇਹਨਾਂ ਗੱਲਾਂ ਤੇ ਖੜਾ ਰਹਾਂ। ਕੀ ਲੈ ਰਹੇ ਸੀ? ਚਾਹ ਕੇ ਟੁਰ ਪਈ। ਅਲਾਮਾ ਤੱਕੀ ਮਜਲਸੀ ਆਪਣੀ ਕਿਤਾਬ ਵਿੱਚ ਲਿਖਿਆ, ਅਕਬਰ ਦੀ ਮਾਂ 18 ਸਾਲ ਅਕਬਰ ਕੋ ਪੁੱਤਰਾਂ ਵਾਂਗ ਨਹੀਂ ਧੀਆਂ ਵਾਂਗ ਸਾਂਭੇ। ਜਿਹੜੇ ਧੀਆਂ ਵਾਲੇ ਬੈਠੇ ਹੋ, ਧੀਆਂ ਕਿਸੀ ਸਮਝਦੀਆਂ ਬੁਰਕਿਆਂ 'ਚ, ਸਾਰੀ ਸਾਰੀ ਰਾਤ ਉੱਠੀ ਕੇ ਤਵਾਫ ਕਰਦੀ ਹੈ। ਇੱਕ ਵਾਲ ਤਰੁੱਟਿਆ, ਸਾਰੀ ਸਾਰੀ ਰਾਤ ਮੇਰੀ ਸਹਿਣ ਕੋ ਨਿੰਦਰ ਨਹੀਂ ਆਉਂਦੀ, ਰੋਂਦੀ ਗਈ। ਇਨਸਾਫ ਕਰੇ, ਜਿਹੜੀ ਵਾਲ ਤਰੁੱਟਾ ਬਰਦਾਸ਼ਤ ਨਹੀਂ ਕਰੇਂਦੀ, ਸੀਨੇ ਸੁਰਾਖ ਦੇ ਕੇ ਸ਼ਾਮ ਕਿਵੇਂ ਗਈ ਉਸ। ਸਦਕੇ 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 ਪਿੰਨ ਪਿੰਨ ਪਿੰਨਣ ਦੇ ਹੁਸੈਨ ਉਹੇ ਜਿਹਦੇ ਚਿਹਰੇ ਦਾ ਆਸ਼ਿਕ ਅੱਲਾ ਤੇ ਉਹਦਾ ਰਸੂਲ ਹੈ। ਅਕਬਰ ਉਹੇ ਜਿਹਦੇ ਚਿਹਰੇ ਦਾ ਆਸ਼ਿਕ ਹੁਸੈਨ ਹੈ। ਇਹ ਜੁਮਲਾ ਮੈਂ ਵਾਸਤੇ ਪਹਿਲੇ ਪੜ੍ਹਦਾ ਪੀਆਂ, ਵੱਧ ਮਸਾਹਿਬ ਪੜ੍ਹਨੇ ਵਹਿਣ ਪੜ੍ਹਨੇ ਪਤਾ ਨਹੀਂ ਤੁਸਾਂ ਬਰਦਾਸ਼ਤ ਕਰਿਆ ਸੀ ਜਾਂ ਨਹੀਂ। ਜਿਹੜਾ ਸਰ ਤਿੰਨ ਸਾਂਗਾਂ 'ਤੇ ਸਵਾਰ ਕਾਫਲਾ ਵੰਜਣ ਲੱਗੇ ਸ਼ਾਮ, ਇਹਨਾਂ ਅਕਬਰ ਦਾ ਸਰ ਰੱਖੇ ਸੰਦੂਕ 'ਚ। ਕਮੀ ਨੇ ਡਿੱਠੇ ਹੁਸੈਨ ਦੇ ਸਾਰ ਵਾਲੀ ਸਾਂਗ 'ਤੇ, ਹੁਸੈਨ ਦਾ ਸਾਰੀ ਕੋਈ ਨਜ਼ਰ ਨਹੀਂ ਆਇਆ। ਇਹ ਆਏ ਸਜਾਦ ਕੋਲ, ਆਦੇ ਸਜਾਦ ਤੇਰੇ ਬਾਬੇ ਦਾ ਸਰ ਨਜ਼ਰ ਨਹੀਂ ਆਉਂਦਾ। ਸਈਆ ਦਾਦੇ ਮੇਰੇ ਕੋਲ ਜੋ ਪੁੱਛਦੇ ਹੋ ਮੈਂ ਸਜੇ ਖੱਬੇ ਦੇਖ ਸਕਦਾ। ਆਦੇ ਤੂੰ ਇਮਾਮ ਹੈ, ਜਵਾਨੀਆਂ ਮਣੇ ਤੂੰ ਇਮਾਮ ਹੈ ਤਾਂ ਕੋਈ ਪਤਾ ਹੋ ਸੀ। ਸਈਆ ਦਾਦੇ ਇਮਾਮਤ ਦੇ ਮੁਹੱਬੇ ਨਾਲ ਪੁੱਛਦੇ ਹੋ ਨਾ ਤਾਂ ਮੈਂ ਦੱਸਿੰਦਾ, ਮੇਰੇ ਬਾਬੇ ਕੋ ਅਕਬਰ ਨਾਲ ਢੇਰ ਪਿਆਰ ਆਈ। ਜਿੱਥਾਂ ਅਕਬਰ ਦਾ ਸਰ ਹੋ ਸੀ ਉੱਥਾਂ ਹੀ ਮੇਰੇ ਬਾਬੇ ਦਾ ਸਰ ਹੋ ਸੀ। ਜਿਗਰ ਤੇ ਹੱਥ ਰੱਖ ਕੇ ਸਈਅਦ ਦੀ ਗੱਲ ਕੁਝਾ ਦੇ, 400 ਸਿਪਾਹੀਆਂ ਕੋਈ ਕਮੀ ਨੇ ਨਾਲ ਲੈ, ਇਸ ਸੰਦੂਕ ਦਾ ਡੱਬਾ ਖੋਲੇ, ਯਾਦ ਹੈ ਕਿਆਮਤ ਦਾ ਮੰਜ਼ਰ ਆਈ। ਤੱਲੇ ਹਈ ਜਵਾਨ ਪੁੱਤਰ ਦਾ ਸਰ, ਉੱਤੇ ਬੁੱਢੜੇ ਪਿਓ ਦਾ ਸਰ। ਬੁੱਢੜਾ ਪਿਓ ਲਾਂਦੀ ਮਾਸ ਤੇ ਬੋਸਾ ਦੇ ਕੇ ਆਦੇ, ਰੁੱਤ ਮੈਰੀ ਆਈ ਟੁਰ ਤੂੰ ਕੀ ਹੈ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਹਾਂ ਬਸ ਖਤਮ। 5 ਵਿਦੇ ਲਿਖਣ ਕਿਤਾਬ ਵਿੱਚ ਜਾਂਦੇ 17 ਰਹਿਣ ਪਿਓ ਦੇ, ਇਵੇਂ ਭਿਜੈਂਦਾ ਹੀ ਵੱਧ ਸੜ ਗਿੰਦਾ। ਉਹ ਜਿਹੜੀਆਂ ਸਹਿਣ ਕੁ ਮੁਕਾਣੇ ਬਣਾਈਆਂ 17 ਪਿਓ ਦਿਨ, ਉਹ ਮਾਂ ਸੌਖਾ ਟੋਰਾ ਸੀ ਜਿਹੜੀ ਬੁਰਕਾਂ 'ਚ ਪਲੈਂਦੀ ਰਹੀ ਹੈ। ਸਿੰਧ ਦਾ ਇੱਕ ਨੂਆ ਖਾਨ ਨੇ ਨਾ ਮੇਰੇ ਜ਼ਹਿਨ 'ਤੇ ਨਹੀਂ, ਮੌਲਾਂ ਦੀ ਜ਼ਬਾਨ ਹੀ ਤਾਸੀਰ ਦੇਵੇ, ਉਹ ਲਿਖਿਆ ਰੱਬ ਜਾਣਦਾ ਹੈ ਗੁਰਬਤ ਦੇ ਵੇਲੇ ਬੀਬੀ ਨੇ ਕਿਵੇਂ ਅਕਬਰ ਟੁਰਾਇਆ। ਅਦੇ ਤਾਰੀਖ ਕਿਵੇਂ ਤਾਦਾਦ ਲਿਖ ਸੀ, ਹਾਂ ਕਿਤਨੀ ਵਾਰੀ ਗੱਲ ਸਹਿਣ ਲਾਇਆ। ਪਿਓ ਭਿਜੈਂਦਾ ਵੱਧ ਸੜ ਗਿੰਦਾ, ਅਦੇ ਬਾਬਾ ਅਗਰ ਨਿਵੇ ਨਿਭਦੀ ਤਾਂ ਮੈਂ ਨਾ ਹੋਵੇਂਦਾ। ਸਈਆ ਦਾਦੇ ਤੇਰੇ ਕੋਲ ਮੈਂ ਪੁੱਛਾਂ, ਹਾਂ ਤੁਹਾਡੇ ਕੋਈ ਅਕਬਰ ਜੀਆਂ ਪੁੱਤਰ ਹੋਵੇ ਆ, ਪੁੱਤਰ ਟੁਰਦਾ ਕਿਵੇਂ, ਬੁੱਢੜਾ ਪਿਓ ਟੁਰੇਂਦਾ ਕਿਵੇਂ, ਅਕਬਰ ਟੁਰਵਾਂ ਜੀ ਮੇਰੀ ਔਖੀ ਸੌਖੇ ਨਿਭ ਗਏ ਸੀ। ਘੋੜੇ ਤੋਂ ਡੇਗ ਕਿਆ ਦੇ ਗਿਣਵਾਂ ਇਹ ਵਾਸਤੇ ਤਾਂ ਮੇਰੇ ਚੌਥੇ ਇਮਾਮ ਦਾ ਹੁਕਮ ਹੈ, ਮੇਰੇ ਅਕਬਰ ਦੀ ਸ਼ਹਾਦਤ ਹਰ ਮਜਲਿਸ ਵਿੱਚ ਨਾ ਪੜੀ ਕਰੋ। ਕਹੇ ਮੋਮਿਨ ਦੀਆ ਖੁਸ਼ ਰਹਿ ਵਣੇ ਮੇਰੀ ਫੁੱਫੀ ਸ਼ਾਮ ਤੱਕ ਆਦੀਏ ਤੈਂ ਡਿਠਾ ਜਾਣਾ ਹੋ ਜਵਾਨੀ ਚੜਦਾ ਡੇ ਗਿਆ ਦੇਖੂ ਪਤਾ ਲੱਗਿਆ ਮੇਰਾ ਅਕਬਰ ਕਿਹੜਾ ਸੋਹਣਾ। ਸਦਕੇ 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 ਅਕਬਰ ਦੇ ਘੋੜੇ ਦਾ ਨਾਂ ਮੁਕਾਬੇ, ਘੋੜਾ ਕਦਮ ਨਹੀਂ ਚਾਹੁੰਦਾ ਮੱਥਾ ਜ਼ਮੀਨ ਤੇ ਮਰਿੰਦਾ।
اکبر دے تے تے سوار ہو کے ونجے ہی میں مری جنے پیدل ونجے ہی میں مری جنے قدم کیوں نہ چندا دے مولا رنجا نتھی مڈے پیراں ڈڈے اکبر دے کے چار سالاں دی بہن گھوڑے دے سوب نپی بیٹھ ابھی اکبر دے گھوڑا مڈے پیرا اکبر ننے صدقے 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 پن گی اکبر آ دے اکھیں تے لہاواں آدھی ان لے ہن لتھوں یا بابا مرویسی یا ماں مرویسی جڑے دھیاں والے بیٹھے جملہ سنائے اکبر آ دے ملنا تے ضرور ہے ای واسطے ضرور ملنا ہے باقی جڑیاں ویندیاں پئیاں نے شام وچ ول سین تے تائیں نہیں ولنا ادھی ضرور مل جائے تے پیر رکاب وچ بہر کاڈا کوڑا پتھر دا دل نہیں لوہے دیا کہ نہیں اکبر پیر رکاب وچ بہر کڈے نا تلیاں تے بوجا دے گیا دی مدینے علی بھیڑ دا بو سہی او تے کو پیر لا کے دے او تیری بہن مر حوصلہ 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 حوصلے نال حوصلے نال بڑے حوصلے نال چار یا ترے ودے راندن بڑے حوصلے نال بھین مل کے تر پئی میں جھولی چائی کھنا شام ہو گئی اللہ تہاڈے بھراواں دے جوڑ سلامت رکھے گندے بھرا ہوئے چنگے نہ ہوئے بھراواں دی موت چنگی نہیں لگی تر گئی گھوڑے تو دیکھ کیا دے گھنوان ستارہ قدم آمیر بھیرا گھوڑے چائن ستارہ قدم ایک نہیں فواد کنا نہ لئی اکبر موڑ کے دیکھے او مائے جے کوسین ماں سدین دے چیزا دی آواز آنی اے نا دی جو لائحا مانی منے دے میں لڑکنا دا ٹینیا ایک دفعہ پچھاں دو دیکھا چیزا لڑکنا دا ہٹائے اکبر دیتے سجاد سوڑیاں دی چیکتے تردان دے آجان دے میں کوئی ڈیری چمائی بنے او میں بازار بنے او میں دربار بنے شاباش 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 پنن دے حق میں ہاتھ ہاتھ نہ بن جاؤں گی ادل میں کوئی ڈاری چمائی ونی میں بازار اے منظر میں اکثر بین الاقوامی ایئرپورٹ تے ڈٹھے ایک بھرا مزدوری دے سلسلے تے غیر ملک ویندا پیا ہوئے ان دے چار بھرا ہوئے سارے چھوڑا ناندے نے جدہ ٹرن دیواری آوے ایک دفعہ نہیں کئی کئی دفعہ چم دینا انج سمجھ نہ آئی ہوئی تدہ پتھر دا دل نہیں ہے اکبر سجاد دو دوڑے سجاد اکبر دو دوڑے دوئے پھیڑا کھڑے نہیں مٹی تے ٹھن پہن فضا کر مار گیا دیے جلدی آ او بچڑے مار گئے نہیں اکبر مار گئے سجاد ہی مار ہاتھ نہ بگنے ہاتھ نہ بگنو جوان دے ہاتھ نہ بگنو ہاتھ نہ بگنو جوان دے ہاتھ نہ بگنو جذبات تے قابو رکھے منزل بڑی دور ہے آ دیے جلدی آ بچڑے مر گئے ماں پیو کو نصیب ہو ماں پیو کو نصیب ہو میں کتنی جنگ پڑھا جتنا ہی پڑھا آخر لتھا تو ہے ایویں نہیں لتھا تھوڑا جی آواز ودے سے ایویں نہیں لتھا دوکھے نال ہی خرامی آدھے تو جنگ ودا کریں دے پچھا دے خیمہ کو بھال لگ مڑ کے دے دے پیا حسین برچی ماری پہلا شہید گھوڑے دے گلد وہی جپائی ایسا گلد وہی پا گیا دے میں کونتے گنوان جنتے میں کو بابا لہدہ لڑے گے ادھے میں دے بابا مروزی او میں دے بابا دی کمار اتراٹ گئی صدقے 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 اے مجلس حسین
اے مجلس حسین توبہ دا دروازہ ہے گناہ تھی معاف تھی نن شام ہو گئی ہے میں جھولی چائی کھنا وعدہ کرو میرے نال آج تو بعد کہیں بڑھڑے نال مزاق نہ کرس کوئی روندا پیا ہوئے وعدہ کروں دے سامنے ہسے نہیں ہے جدا حسین بچڑے کو گولن گی ہے سیدہ دے میڈا بچڑا کیت لتا ہے کوئی حرامی ہس کے آدھا انتے لتا ہے حسین ہی نہیں بھج گو ویا کوئی آدھا انتے لتا ہے حسین ہی نہیں بھج گو ویا سیدہ دے جواب دے ویا او بابے کو نظر میں جی حوصلہ حوصلہ حوصلے نال مرج سیدہ دے جواب نہیں بابے کو نظر کو جڑیاں سین کو مکان نے بنائی ہیں جڑا نظر نہیں سایا حسین خیمے چ ولے رو کے فرمین جن اکبر دی ماں مدے نانے دی شریعت چھکو میں جوان پتر تے اوکھی بڑھونی بڑھڑی ماں سر تے قرآن رکھے دعا منگے اللہ مشکل آسان کرے دے سیدہ دے دعا منگے میں کو اکبر جواب نہیں دے دا اکبر دی ماں سر تے قرآن رکھائے میدان دموں کر کے آدھیے بھاوے اوکھا لکھے کو جبال اکبر اکبر دے گھوڑے دے نام مکابے ساری تساں سنی نہیں وے سکدے تواری برداشت نہیں یا کہ گوڑی لائی آدھے مولا بہے تے کو مدینے گھنوانا جرے بزرگ ماتم پہ کریں دیو سیدہ آدھے مدینے ننے مدینے آلے تھائی پہن سیدہ آدھے منت لینے مدہ بابا گلے داوڑے سیدہ آدھے منت لینے اے دوڑا ہے عقاب دوڑا ہے حسین دے قدمہ تے متھا مارے حسین ہی دے گالی دے بہی پائی سیدہ دے تو جنہیں دے سیندہ میں گڑاس میں کہیں دے گول پوچھا آدھا مولا دے قبول کریں اللہ پیا دے ہی تدے اکبر دے بڑے ارمان جنہ دے ہاتھ کھلیں اسی انتیاز آدھا مولا زین تے بہے تکو بچڑے کول گھن ونجے سیدہ دے کیویں باوا ایتھا میڈا اکبر باندہ میں کتاباں چیویں پڑھایا حسین دے سجاد دی آستین مہنچ پاتی ہے انج رون دیاں دا کانڈ کر بایا گوڑا تردا ودا ہے حسین بھجدا ودا ہے ہلے ستارا قدم دورا حسین بچڑے تے آ جنایا سیدہ دے میڈے تے یقین بھی آندا اپنے گھوڑے کول پہنچو بہو کھایا تاجی لاش اٹھے میڈا اکبر پتا رجمانے میں جنتا ہے تو ہی آکھا لتے میڈا سابر گانے بن دے ہوا سیر پہ دے شالا مرین نہ پتا رکھی دے ہوں دا اوکھا جیون ہوا ماں پیو دا دے دے پتر مرین